ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਨੇ? ਅਤੇ ਅੱਜ ਅਸੀਂ ਗੱਲ ਕਰਦੇ ਹਾਂ ਜੀ ਪੁਰਤਗਾਲ ਦੇ ਪੇਪਰਾਂ ਬਾਰੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਪੁਰਤਗਾਲ ਇਸ ਵੇਲੇ ਪੇਪਰ ਖੁੱਲ੍ਹੇ ਹੋਏ ਨੇ, ਅਤੇ ਹੋਰ ਪੇਪਰਾਂ ਬਾਰੇ ਤੁਹਾਨੂੰ ਜਾਣਕਾਰੀ ਅੱਜ ਦਿੰਦੇ ਹਾਂ। ਅਤੇ ਪੇਪਰਾਂ ਦੀ ਗੱਲ ਇੱਦਾਂ ਹੈ ਕਿ ਤੁਹਾਡੇ ਕੋਲ ਪਹਿਲਾਂ ਤਾਂ ਤੁਸੀਂ ਜਦੋਂ ਇੰਡੀਆ ਤੋਂ ਆਉਣਾ ਹੈ ਤਾਂ ਤੁਹਾਡੇ ਕੋਲ ਇੱਕ ਵੈਲਿਡ ਵੀਜ਼ਾ ਹੋਣਾ ਚਾਹੀਦਾ ਹੈ। ਵੈਲਿਡ ਵੀਜ਼ੇ ਦੇ ਰਾਹੀਂ ਤੁਸੀਂ ਪੁਰਤਗਾਲ ਵਿੱਚ ਐਂਟਰ ਹੋਵੋਗੇ, ਤਾਂ ਹੀ ਤੁਹਾਨੂੰ ਇੱਥੇ ਡਾਕੂਮੈਂਟਸ ਮਿਲਣਗੇ ਈਜ਼ਲੀ। ਵੈਸੇ ਸੈਕਿੰਡ ਆਪਸ਼ਨ ਇਹ ਵੀ ਹੈ ਕਿ ਬਿਨਾਂ ਵੀਜ਼ੇ ਤੋਂ ਵੀ ਮਿਲ ਜਾਂਦੇ ਨੇ, ਪਰ ਉਹਦੇ ਵਿੱਚ ਟਾਈਮ ਬਹੁਤ ਲੱਗਦਾ ਹੈ। ਦੀ ਸਲਾਹ ਤਾਂ ਇਹੀ ਹੈ ਕਿ ਤੁਸੀਂ ਆਪਣਾ ਸ਼ੈਨਗਨ ਵੀਜ਼ੇ 'ਤੇ ਆਓ ਜਾਂ ਫਿਰ ਡਾਇਰੈਕਟ ਪੁਰਤਗਾਲ ਦੇ ਵੀਜ਼ਾ ਲੈ ਕੇ ਆਓ, ਕਿਉਂਕਿ ਕਿਸੇ ਜੇ ਤੁਸੀਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਲੈ ਕੇ ਇੱਥੇ ਐਂਟਰ ਹੁੰਦੇ ਹੋ ਅਤੇ ਉਸਨੂੰ ਇਹ ਵੈਲਿਡ ਨਹੀਂ ਮੰਨਦੇ। ਜਾਂ ਤਾਂ ਤੁਹਾਡੇ ਕੋਲ ਸ਼ੈਨਗਨ ਵੀਜ਼ਾ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਡਾਇਰੈਕਟ ਪੁਰਤਗਾਲ ਦਾ ਵੀਜ਼ਾ ਲੈ ਕੇ ਆਓ। ਇਹੀ ਨੇ, ਇੱਥੇ ਆ ਕੇ ਫਿਰ ਤੁਹਾਨੂੰ ਲੀਗਲ ਐਂਟਰੀਆਂ ਕਰਾਉਣੀਆਂ ਪੈਂਦੀਆਂ ਨੇ, ਹੋਰ ਵੀ ਕਾਫੀ ਕੁਝ ਹਨ ਆ ਕੇ ਫਿਰ ਤੇ ਡਾਕੂਮੈਂਟ ਦੀ ਪੂਰੀ ਪ੍ਰੋਸੈਸ ਸ਼ੁਰੂ ਹੁੰਦੀ ਹੈ। ਪਰ ਬੇਸਿਕ ਇਹੀ ਹੈ ਕਿ ਤੁਸੀਂ ਜਦੋਂ ਵੀ ਯੂਰਪ ਆਉਣਾ ਹੈ ਤਾਂ ਪਹਿਲਾਂ ਆਪਣਾ ਸ਼ੈਨਗਨ ਵੀਜ਼ੇ 'ਤੇ ਹੀ ਆਓ ਜਾਂ ਫਿਰ ਡਾਇਰੈਕਟ ਪੁਰਤਗਾਲ ਦਾ ਵੀਜ਼ਾ ਲਓ। ਇਹ ਦੋ ਹੀ ਵੀਜ਼ੇ ਨੇ ਜਿਹਦੇ ਨਾਲ ਤੁਹਾਨੂੰ ਈਜ਼ਲੀ ਪੇਪਰ ਮਿਲ ਸਕਦੇ ਨੇ। ਅਤੇ ਹੋਰ ਵੀ ਡਾਕੂਮੈਂਟਸ ਫਿਰ ਇੱਥੇ ਆ ਕੇ ਰੈਡੀ ਕਰਾਉਣੇ ਪੈਂਦੇ ਨੇ, ਅਤੇ ਉਹਦੇ ਬਾਰੇ ਤੁਹਾਨੂੰ ਫਿਰ ਹੋਰ ਕਿਸੇ ਵੀਡੀਓ ਵਿੱਚ ਦੱਸਦੇ ਹਾਂ ਜਦੋਂ ਨੈਕਸਟ ਵੀਡੀਓ ਤਿਆਰ ਕਰਾਂਗੇ, ਕਿਉਂਕਿ ਡਾਕੂਮੈਂਟਸ ਦੀ ਜਾਣਕਾਰੀ ਬਹੁਤ ਲੰਬੀ ਹੋ ਜਾਣੀ ਹੈ। ਅਤੇ ਤੁਸੀਂ ਇਹੀ ਮੇਰੀ ਸਲਾਹ ਆ ਵੀ ਜਿਸਨੇ ਵੀ ਯੂਰਪ ਆਉਣਾ ਹੈ ਜਾਂ ਫਿਰ ਉਹ ਪੁਰਤਗਾਲ ਦੇ ਪੇਪਰ ਚਾਹੁੰਦਾ ਆ ਅਤੇ ਉਹ ਆਪਣਾ ਸ਼ੈਨਗਨ ਵੀਜ਼ੇ 'ਤੇ ਹੀ ਆਵੇ, ਤਾਂ ਹੀ ਉਸਨੂੰ ਈਜ਼ਲੀ ਪੇਪਰ ਮਿਲ ਜਾਂਦੇ ਨੇ। ਸਾਲ ਇੱਕ ਸਾਲ ਜਾਂ ਡੇਢ ਸਾਲ ਦੇ ਵਿੱਚ ਵਿੱਚ ਪੇਪਰ ਈਜ਼ਲੀ ਪੁਰਤਗਾਲ ਦੇ ਮਿਲ ਜਾਂਦੇ ਨੇ। ਅਤੇ ਜੋ ਬੰਦੇ ਇਲੀਗਲ ਐਂਟਰ ਹੁੰਦੇ ਨੇ ਉਹਨਾਂ ਲਈ ਕਾਫੀ ਮੁਸ਼ਕਲ ਹੁੰਦੀ ਹੈ। ਅਤੇ ਇਹੀ ਤਾਂ ਅੱਜ ਇੱਕ ਮੇਰੀ ਸਲਾਹ ਸੀ। ਬਾਕੀ ਤੁਹਾਡੇ ਨਾਲ ਹੋਰ ਗੱਲਬਾਤ ਕਰਦੇ ਹਾਂ ਨੈਕਸਟ ਵੀਡੀਓ ਵਿੱਚ। ਓਕੇ, ਥੈਂਕ ਯੂ।